ਪੰਜਾਬੀ ਰੇਡੀਓ ਜੋ ਹੈ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿਕਾਰ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਵਿੱਚ ਹੋਣਗੇ ਸਾਡੇ ਨਾਲ ਬਲਦੀਪ ਪੰਨੂ ਜੀ। ਪੁੱਛਾਂਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ, ਨਵੇਂ ਸਾਲ 'ਤੇ ਕੀ ਕੁਛ ਅੱਗੇ ਆਉਣ ਵਾਲਾ ਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਜੀ ਲਿਨਵੁੱਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਅਮਰਜੀਤ ਸਿੰਘ ਅਤੇ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ, ਚਰਨਜੀਤ ਬਟਵਾਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ, ਸਾਡੇ ਨਾਲ ਜੁੜ ਚੁੱਕੇ ਹੈ ਬਲਦੇਵ ਸਿੰਘ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਕੇਰਲਾ ਦੀ, ਜਿਹੜਾ ਨਾਗਰਿਕਤਾ ਸੋਧ ਬਿੱਲ ਆ ਉਸ ਦੇ ਖਿਲਾਫ਼ ਮਤਾ ਪਾਸ ਹੋਇਆ। ਇਸ ਤਰ੍ਹਾਂ ਹੈ ਜੀ ਕਿ ਇਹਦੇ ਬਾਰੇ ਦੇ ਵਿੱਚ ਜਿਹੜੇ ਵਿਰੋਧ ਪ੍ਰਦਰਸ਼ਨ ਵੀ ਆ, ਉਹ ਵੀ ਕੇਰਲਾ ਵੀ ਉਹਨਾਂ ਮੋਹਰੀਆਂ ਦੇ ਵਿੱਚੋਂ ਹੈ, ਜਿੱਥੇ ਲੋਕਾਂ ਨੇ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਤਰ ਕੇ ਇਹਦਾ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਇਹਦਾ ਵਿਰੋਧ ਕੀਤਾ। ਔਰ ਕੇਰਲਾ ਵਿਧਾਨ ਸਭਾ ਨੇ ਇਸ ਪੱਖੋਂ ਵੀ ਹੁਣ ਜਿਹੜੀ ਜੀ ਉਹ ਬਾਜ਼ੀ ਮਾਰ ਲਈ ਤੇ CAA ਵਾਪਸ ਲਏ ਜਾਣ ਦੀ ਮੰਗ ਜਿਹੜੀ ਕਰਦਿਆਂ ਮਤਾ ਪਾਸ ਕੀਤਾ। ਗੈਰ ਭਾਜਪਾ ਸਰਕਾਰਾਂ ਵਾਲੇ ਮੁੱਖ ਮੰਤਰੀਆਂ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਐਲਾਨ ਕੀਤਾ ਗਿਆ ਕਿ ਉਹ CAA ਲਾਗੂ ਨਹੀਂ ਕਰਨਗੇ, ਪਰ ਕੇਰਲਾ ਪਹਿਲਾ ਅਜਿਹਾ ਸੂਬਾ ਬਣ ਗਿਆ ਜੀ ਜਿਹਨੇ ਇਹਦੇ ਖਿਲਾਫ਼ ਆਪਣਾ ਵਿਰੋਧ ਦਰਜ ਕਰਾਉਣ ਦੇ ਵਾਸਤੇ ਸਿਰਫ ਗੱਲਾਂ ਨਹੀਂ ਕੀਤੀਆਂ, ਵਿਧਾਨਕ ਰਸਤਾ ਜਿਹੜਾ ਸੀਗਾ ਜੀ ਉਹ ਅਖਤਿਆਰ ਕੀਤਾ। ਕੇਰਲਾ ਦੀ ਸੱਤਾਧਾਰੀ CPIM ਨੇ ਦੀ ਅਗਵਾਈ ਵਾਲੀ ਜਿਹੜੀ LDF ਤੇ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲੇ UDF ਨੇ ਆਪਣੇ ਸਿਆਸੀ ਮਤਭੇਦ ਭੁਲਾ ਕੇ ਇੱਕ ਵਾਰ ਫਿਰ CAA ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ਼ ਇਕੱਠਿਆਂ ਮੋਰਚਾ ਜਿਹੜਾ ਜੀ ਉਹ ਖੋਲਿਆ। ਦੋਵਾਂ ਫਰੰਟਾਂ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਮਤੇ ਦਾ ਸਮਰਥਨ ਕੀਤਾ ਤੇ ਕੇਂਦਰ ਦੀ ਸਰਕਾਰ ਦੀ ਜ਼ੋਰਦਾਰ ਜਿਹੜੀ ਜੀ ਉਹ ਨਿੰਦਿਆ ਕੀਤੀ। ਉੱਧਰ ਕੇਂਦਰੀ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਇਹ ਗੱਲ ਕਹੀ ਹੈ ਕਿ ਸੰਸਦ ਦੇ ਕੋਲੇ ਨਾਗਰਿਕਤਾ ਸੰਬੰਧੀ ਕਾਨੂੰਨ ਪਾਸ ਕਰਨ ਦੀਆਂ ਤਾਕਤਾਂ ਨੇ, ਕੇਰਲਾ ਸਣੇ ਸਾਰੀਆਂ ਸੂਬਾਈ ਵਿਧਾਨ ਸਭਾਵਾਂ ਦੇ ਕੋਲੇ ਇਹ ਤਾਕਤ ਨਹੀਂ ਆ। ਉਹਨਾਂ ਦੀ ਜਿਹੜੀ ਇਹ ਟਿੱਪਣੀ ਆ, ਇਹ ਕੇਰਲ ਵਿਧਾਨ ਸਭਾ ਦੇ ਵੱਲੋਂ ਜਿਹੜਾ ਇਹ ਵਿਰੋਧੀ ਮਤਾ ਪਾਸ ਕੀਤਾ ਗਿਆ ਉਹਦੇ ਕੁਛ ਘੰਟਿਆਂ ਤੋਂ ਬਾਅਦ ਜਿਹੜੀ ਹੈ ਜੀ ਉਹ ਆਈ ਹੈ। ਜਿਹੜੇ ਰਵਿਸ਼ੰਕਰ ਪ੍ਰਸਾਦ ਹੈ ਉਹਨੇ ਗੱਲ ਕਹੀ ਹੈ ਕਿ ਨਾਗਰਿਕਤਾ ਸੰਬੰਧੀ ਕੋਈ ਵੀ ਕਾਨੂੰਨ ਪਾਸ ਕਰਨ ਦੀਆਂ ਤਾਕਤਾਂ ਸਿਰਫ ਸੰਸਦ ਦੇ ਜਿਹੜਾ ਜੀ ਉਹ ਕੋਲੇ ਨੇ, ਕਿਸੇ ਵੀ ਹੋਰ ਵਿਧਾਨ ਸਭਾ ਦੇ ਕੋਲੇ ਅਜਿਹੀ ਤਾਕਤ ਜਿਹੜੀ ਜੀ ਉਹ ਨਹੀਂ ਹੈ। ਰਵਿਸ਼ੰਕਰ ਪ੍ਰਸਾਦ ਦਾ ਜਿਹੜਾ ਇਹ ਬਿਆਨ ਹੈ ਜੀ ਇਹ ਕਿਤੇ ਨਾ ਕਿਤੇ ਕੇਂਦਰ ਤੇ ਰਾਜ, ਖਾਸ ਤੌਰ ਦੇ ਉੱਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਪਾਰਟੀ ਉਹਦੀਆਂ ਸਰਕਾਰਾਂ ਤੋਂ ਬਿਨਾਂ ਜਿਹੜੇ ਗੈਰ ਭਾਜਪਾਈ ਰਾਜ ਨੇ ਉਹਨਾਂ ਦੇ ਵਿੱਚ ਇੱਕ ਦਰਾਰ ਜਿਹੜੀ ਜੀ ਉਹ ਪੈਦਾ ਕਰੂਗਾ, ਜਿੱਥੋਂ ਵਿਰੋਧ ਹੋਰ ਜ਼ਿਆਦਾ ਜਿਹੜਾ ਜੀ ਉਹ ਵਧਣ ਦੇ ਆਸਾਰ ਨੇ। ਔਰ ਇਸ ਗੱਲ ਦੀ ਵੀ ਪੂਰੀ ਚਰਚਾ ਹੈ ਕਿ ਕੇਰਲਾ ਨੂੰ ਫੋਲੋ ਜਿਹੜਾ ਜੀ ਉਹ ਗੈਰ ਭਾਜਪਾਈ ਰਾਜ ਹੁਣ ਕਰਨਗੇ ਔਰ ਵਿਧਾਨ ਸਭਾਵਾਂ ਦੇ ਵਿੱਚ ਮਤੇ ਪਾਸ ਕਰਕੇ ਜਿਹੜਾ ਜੀ ਉਹ ਭੇਜਣਗੇ ਜੀ। ਇਹ ਇਸ ਤਰ੍ਹਾਂ ਕਰਦੇ ਆ ਕਿ ਇਹ ਦੇਸ਼ ਇਹਨਾਂ ਦੇ ਨਾਂ ਹੀ ਲੱਗ ਗਿਆ, ਇਸ ਕਰਕੇ ਇੱਦਾਂ ਦੇ ਇਹਨਾਂ ਦੇ ਬਿਆਨ ਵੀ ਆ ਰਹੇ ਆ। ਅਤੇ ਅੱਗੇ ਗੱਲ ਕਰਦੇ ਹਾਂ ਇਸੇ ਨੂੰ ਲੈ ਕੇ, ਪੂਰੇ ਮੁਲਕ ਦੇ ਵਿੱਚ ਵਿਦਿਆਰਥੀ ਜਿਨ੍ਹਾਂ ਨੇ ਪੜ੍ਹਨਾ ਹੁੰਦਾ ਉਹ ਸੜਕਾਂ 'ਤੇ ਆਉਣਗੇ? ਬਿਲਕੁਲ ਜੀ, ਐਕਚੁਲੀ ਇਹ ਹੈ ਕਿ ਜਿਵੇਂ ਸਿਆਣੇ ਕਹਿੰਦੇ ਨੇ ਵੀ ਜਦੋਂ ਮਾੜਾ ਸਮਾਂ ਹੋਵੇ ਫਿਰ ਊਠ 'ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ। ਸਰਕਾਰ ਨੇ, ਪ੍ਰਧਾਨ ਮੰਤਰੀ ਹੋਰਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ, ਹੈਸ਼ਟੈਗ ਮੁਹਿੰਮ ਸੀਗੀ ਕਿ ਇੰਡੀਆ ਸਪੋਰਟ CAA। ਇਹਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਇੱਕ ਗੁਰੂ ਆ ਜੀ ਉਹਦੀ ਕੋਈ ਵੀਡੀਓ ਜਿਹਨੇ CAA ਦੀ ਸਪੋਰਟ ਕੀਤੀ ਲਾ ਕੇ, ਹੈਸ਼ਟੈਗ ਲਾ ਕੇ ਲੋਕਾਂ ਨੂੰ ਆਖਿਆ ਕਿ ਇਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਨਿਤਰਨ। ਉਹ 1.5 ਲੱਖ ਦੇ ਕਰੀਬ ਜਿਹੜਾ ਸੀਗਾ ਜੀ ਅੱਗੇ ਰੀਟਵੀਟ ਹੋਇਆ। ਜਿਹੜਾ ਇੱਕ ਇਹਦੇ ਵਿਰੋਧ ਦੇ ਵਿੱਚ ਮੁਹਿੰਮ ਫਿਰ ਖੜੀ ਹੋ ਗਈ ਜੀ ਕਿ ਜਿਹੜੇ ਸਪੋਰਟ ਨਹੀਂ ਕਰਦੇ, ਵੀ ਡੋਂਟ ਸਪੋਰਟ CAA, ਇਹਦੇ ਨਾਲ ਹੀ ਹੈਸ਼ਟੈਗ ਦੀ ਮੁਹਿੰਮ ਜਿਹੜੀ ਸੀ ਉਹ ਇਸ ਸਰਕਾਰੀ ਹੈਸ਼ਟੈਗ ਮੁਹਿੰਮ ਤੋਂ ਕੁਛ ਘੰਟਿਆਂ ਬਾਅਦ ਜਿਹੜੀ ਕੋਈ 12-13 ਘੰਟੇ ਬਾਅਦ ਜਿਹੜੀ ਉਹ ਸ਼ੁਰੂ ਹੋ ਗਈ ਔਰ ਉਹ ਛਾਲਾ ਮਾਰਦੀ ਜਿਹੜੀ ਸੀਗੀ ਨਾ ਜੀ ਉਹ ਕਿਤੇ ਮੂਹਰੇ ਲੰਘ ਗਈ। ਇਹ ਟ੍ਰੈਂਡਿੰਗ ਦੇ ਵਿੱਚ ਜਿਹੜੀ ਉਹ ਮੁਲਕ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ ਗਈ 12 ਘੰਟਿਆਂ 'ਚ ਔਰ ਵਿਸ਼ਵ ਦੇ ਵਿੱਚ, ਵਰਲਡ ਦੇ ਵਿੱਚ ਇਹ 6ਵੇਂ ਨੰਬਰ ਦੇ ਉੱਤੇ ਟ੍ਰੈਂਡ ਕਰ ਰਹੀ ਸੀਗੀ। 6.5 ਲੱਖ ਲੋਕਾਂ ਨੇ ਇਹਨੂੰ ਜਿਹੜਾ ਜੀ ਉਹ ਪਹਿਲੇ ਦਿਨ ਇਹਨੂੰ ਹੈਸ਼ਟੈਗ ਟੈਗ ਦੇ ਰਾਹੀਂ ਜਿਹੜਾ ਸੀਗਾ ਉਹ ਫੋਲੋ ਕੀਤਾ। ਜਿਹੜੀ ਸਰਕਾਰੀ ਤੌਰ ਦੇ ਉੱਤੇ ਮੁਹਿੰਮ ਚਲਾਈ ਗਈ ਸੀ ਉਹ ਬਹੁਤ ਪਛਾਹ ਰਹਿ ਗਈ। ਇਹਦਾ ਜ਼ਿਕਰ ਮੈਂ ਇਸ ਕਰਕੇ ਜਿਹੜਾ ਜੀ ਉਹ ਕਰ ਰਿਹਾ ਕਿ
ਸਰਕਾਰ ਇੱਥੇ ਇਸ ਪੱਖੋਂ ਜਿਹੜਾ ਜੀ ਉਹ ਮਾਰ ਖਾ ਗਈ ਕਿ ਜਿਹੜਾ ਇਹਦਾ ਵਿਰੋਧ ਕਰ ਰਹੇ ਆ CAA ਦਾ, ਉਹਦੇ ਵਿੱਚ ਬਹੁਤੇ ਸਟੂਡੈਂਟ ਨੇ। ਇਹ ਯੂਨੀਵਰਸਿਟੀਜ਼ ਦੇ ਵਿੱਚੋਂ ਨਿਕਲਿਆ ਹੋਇਆ ਵਿਰੋਧ ਆ, ਔਰ ਜਿਹੜਾ ਸਟੂਡੈਂਟ ਵਰਗ ਹੈ, ਜਿਹੜਾ ਨੌਜਵਾਨ ਹੈ, ਉਹਨੂੰ ਤੁਸੀਂ ਕਿਵੇਂ ਬੀਟ ਕਰ ਸਕਦੇ ਹੋ ਜੀ ਜਿਹੜੇ ਸੋਸ਼ਲ ਮੀਡੀਆ ਦੇ? ਬਹੁਤ ਮੇਰਾ ਖਿਆਲ ਜਿਹੜਾ ਜੀ ਹੋ ਨਹੀਂ ਸਕਦਾ, ਇੰਪੋਸੀਬਲ ਦੀ ਜਿਹੜੀ ਗੱਲ ਹੈ ਕਿ ਉਹਨਾਂ ਨੂੰ ਬੀਟ ਜਿਹੜਾ ਉਹ ਕੀਤਾ ਜਾ ਸਕਦਾ, ਜਿਹੜੇ ਰਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਨੇ ਬਹੁਤੇ ਜਿਹੜਾ ਜੀ, ਔਰ ਉਹਨਾਂ ਨੇ ਸਰਕਾਰ ਦੀ ਕਾਟ ਵੀ ਜਿਹੜੀ ਜੀ ਇਸ ਤੌਰ ਦੇ ਉੱਤੇ ਜਿਹੜੀ ਲਿਆਂਦੀ। ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਜਿਹੜੇ IT ਵਿੰਗ ਹੈ, ਜਿਹੜੇ ਉਹਦੇ ਭਗਤ ਨੇ ਜਿਹਨਾਂ ਨੂੰ ਭਗਤ ਕਹਿੰਦੇ ਆ, ਉਹ ਬਥੇਰਾ ਰੌਲਾ ਜਿਹੜਾ ਜੀ ਉਹ ਪਾਉਂਦੇ ਆ ਜਦੋਂ ਕੋਈ ਇਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਪਾਉਂਦਾ ਤੇ ਝੱਟ ਦੇਣੀ ਇਹ ਐਕਟਿਵ ਹੋ ਜਾਂਦੇ ਆ। ਪਰ ਜਿਸ ਤਰੀਕੇ ਦੇ ਨਾਲ ਇਹ ਜਿਹੜੀ # ਮੁਹਿੰਮ ਸੀਗੀ ਉਹਨੇ ਕੱਟਿਆ, ਉਹ ਆਪਣੇ ਆਪ ਦੇ ਵਿੱਚ ਜਿਹਨਾਂ ਨੇ ਕਲੋਜ਼ਲੀ ਉਹਨੂੰ ਫੋਲੋ ਕੀਤਾ ਉਹ ਜਾਣਦੇ ਨੇ ਕਿ ਇਹ ਵੀ ਸਰਕਾਰ ਨੂੰ ਪਟਕਾ ਹੀ ਇਸ ਕਿਸਮ ਦੇ ਨਾਲ ਯੂਥ ਨੇ ਜਿਹੜਾ ਜੀ ਉਹ ਮਾਰਿਆ। ਉੱਧਰ ਜਿਹੜੇ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦਾ ਅੱਜ ਜਿਹੜਾ ਜੀ ਵਿਰੋਧ ਦਾ ਦਿਨ ਹੈ, ਸਮੁੱਚੇ ਜਿਹੜਾ ਜੀ ਮੁਲਕ ਭਰ ਦੇ ਵਿੱਚ ਉਹਨਾਂ ਨੇ ਵਿਰੋਧ ਕਰਨਾ। ਜਿਹੜੀਆਂ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦਾ ਅੱਜ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਵੀ ਜਿਹੜਾ ਜੀ ਉਹ ਹੈਗਾ। ਨਾਗਰਿਕਤਾ ਸੋਧ ਕਾਨੂੰਨ ਤੇ NRC ਤੇ NPR ਦੇ ਵਿਰੁੱਧ ਵਿਦਿਆਰਥੀ ਯੂਨੀਅਨਾਂ ਦੇ ਵੱਲੋਂ ਸੂਬਾ ਪੱਧਰੀ ਪ੍ਰਦਰਸ਼ਨ ਜਿਹੜੇ ਜੀ ਉਹ ਕੀਤੇ ਜਾਣਗੇ। ਪੰਜਾਬ ਦੀ ਸਰਕਾਰ ਨੇ ਇਹ ਗੱਲ ਕਹੀ ਆ ਕਿ ਵਿਦਿਆਰਥੀਆਂ ਨੂੰ ਇਹ ਪ੍ਰਦਰਸ਼ਨ ਕਰਨ ਤੋਂ ਰੋਕਿਆ ਨਹੀਂ ਜਾਊਗਾ, ਉਹ ਪ੍ਰਦਰਸ਼ਨ ਕਰ ਸਕਦੇ ਆ। ਇਹ ਆਖਿਆ ਗਿਆ ਕਿ ਹਿੰਸਾ ਜਿਹੜੀ ਜੀ ਉਹ ਨਾ ਕੀਤੀ ਜਾਵੇ, ਔਰ ਹਿੰਸਾ ਤੋਂ ਰਹਿਤ ਕੋਈ ਵੀ ਪ੍ਰਦਰਸ਼ਨ ਜਿਹੜਾ ਉਹਨੂੰ ਕਿਸੇ ਜਗ੍ਹਾ ਦੇ ਉੱਤੇ ਰੋਕਿਆ ਨਹੀਂ ਜਿਹੜਾ ਜੀ ਜਾਊਗਾ। ਅੱਜ ਦਾ ਦਿਨ ਜਿਵੇਂ ਇੱਥੇ ਸਾਡੇ ਨਵਾਂ ਸਾਲ ਹੈ, 1 ਜਨਵਰੀ ਆ, 1 ਜਨਵਰੀ ਵਾਲੇ ਦਿਨ ਜਿਹੜੇ ਯੂਥ ਹੈ ਅੱਜ ਸੜਕਾਂ ਦੇ ਉੱਤੇ ਆ ਕੇ ਇਸ ਜਿਹੜੀ ਉਹਨਾਂ ਦੇ ਵੱਲੋਂ ਜਿਹੜੀ ਵਿਰੋਧਤਾ ਸ਼ੁਰੂ ਕੀਤੀ ਗਈ ਆ CAA ਦੀ, ਉਹਨੂੰ ਹੋਰ ਜਿਹੜਾ ਜੀ ਉਹ ਤੇਜ਼ ਕਰਨਗੇ, ਉਹਨੂੰ ਹੋਰ ਮਗਾਉਣਗੇ ਜੀ। ਅਤੇ ਅੱਗੇ ਗੱਲ ਕਰਦੇ ਹਾਂ, ਜਿਹੜੇ ਨਵੇਂ ਸਾਲ ਦੇ ਤੋਹਫੇ ਦਿੱਤੇ ਜਾਂਦੇ ਹੁੰਦੇ ਸੀ ਉਹ ਕਿਹੜੇ ਕਿਹੜੇ ਲੋਕਾਂ ਨੂੰ ਮਿਲਣਗੇ? ਪੰਜਾਬ ਵਾਲਿਆਂ ਨੂੰ ਤਾਂ ਜਿਹੜਾ ਜੀ ਉਹ ਮਿਲ ਗਿਆ ਸਮਝੋ, ਜਿਹੜੇ 30 ਪੈਸੇ ਪ੍ਰਤੀ ਯੂਨਿਟ ਜਿਹੜੀ ਔਰ 29 ਪੈਸੇ ਪ੍ਰਤੀ ਯੂਨਿਟ ਸਨਅਤਾਂ ਦੇ ਵਿੱਚ ਜਿਹੜਾ ਜੀ ਉਹ ਬਿਜਲੀ ਦਾ ਵਾਧਾ ਹੋ ਗਿਆ। ਪਿਛਲੀ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਜਿਹੜੇ ਸੀ ਸੁਖਬੀਰ ਸਿੰਘ, ਉਹਦੇ ਵੱਲੋਂ ਜਿਹੜਾ ਇੱਕ ਨਾਰਾ ਦਿੱਤਾ ਜਾਂਦਾ ਸੀ ਰਾਜ ਕਰਾਂਗੇ 25 ਸਾਲ, ਉਹ ਸਮਝ ਸ਼ਾਇਦ ਹੁਣ ਆਉਣ ਲੱਗਿਆ ਜੀ, ਕਿਉਂਕਿ 25-25 ਸਾਲ ਦੇ ਸਮਝੌਤੇ ਉਹਨਾਂ ਨੇ ਕੀਤੇ ਇਹਨਾਂ ਪ੍ਰਾਈਵੇਟ ਥਰਮਲ ਪਲਾਂਟਸ ਦੇ ਨਾਲ, ਜਿਹੜਾ ਇੱਕ ਇੱਥੇ ਰਾਜਪੁਰੇ ਦੇ ਵਿੱਚ ਹੈ, ਇੱਕ ਤਲਵੰਡੀ ਸਾਬੋ ਦੇ ਵਿੱਚ ਹੈ ਤੇ ਇੱਕ ਗੋਇੰਦਵਾਲ ਸਾਹਿਬ ਵਿੱਚ ਹੈ। ਇਹ ਥਰਮਲ ਪਲਾਂਟਸ ਦੇ ਨਾਲ ਕੀਤੇ ਗਏ ਜਿਹੜੇ ਸਮਝੌਤੇ ਨੇ 25-25 ਸਾਲਾਂ ਦੇ ਇਸ ਤਰ੍ਹਾਂ ਦੇ ਨੇ ਕਿ ਕਰੋੜਾਂ ਰੁਪਈਆ ਇਹਨਾਂ ਥਰਮਲ ਪਲਾਂਟਸ ਨੂੰ ਦੇਣਾ ਪੈਣਾ, ਬਿਜਲੀ ਲਓ ਜਾਂ ਨਾ ਲਓ। ਜਿਹੜੀ ਬਾਹਰੋਂ ਜੇ ਬਿਜਲੀ ਲੈਣੀ ਹੋਵੇ ਤਾਂ 2.5 ਰੁਪਈਏ 2.75-3 ਰੁਪਈਏ ਜਿਹੜੀਆਂ ਕੰਪਨੀਆਂ ਉਹ ਆਵਾਜ਼ਾਂ ਮਾਰ ਕੇ ਜਾਂ ਹੋਕਾ ਲਾ ਕੇ ਦਿੰਦੀਆਂ ਨੇ ਵੀ ਦਿੱਲੀ ਬਿਜਲੀ ਚਾਹੀਦੀ ਆ, ਉਹ ਲੈ ਲਓ। ਦਿੱਲੀ ਦੇ ਵਿੱਚ ਇੱਕ ਵੀ ਯੂਨਿਟ ਬਿਜਲੀ ਪ੍ਰੋਡਿਊਸ ਨਹੀਂ ਹੁੰਦੀ, ਪਰ ਦਿੱਲੀ ਜਿਹੜੀ ਹੈ ਜੀ ਉਹ ਇਸ ਵੇਲੇ 3-3.5 ਰੁਪਈਏ ਨੂੰ ਜਿਹੜਾ ਜੀ ਉਹ ਯੂਨਿਟ ਬਿਜਲੀ ਦੇ ਰਹੀ ਹੈ। ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈ ਜੀ ਉਹ 9.5 ਰੁਪਈਏ ਨੂੰ ਜਿਹੜੀ ਹੈ ਜੀ ਉਹ ਪਹੁੰਚ ਜਾਣੀ ਹੈ, ਜੇ ਕਿਉਂਕਿ 2 ਮਹੀਨਿਆਂ ਦਾ ਬਿੱਲ ਆਉਂਦਾ, ਜੇ ਮਹੀਨੇ ਦਾ ਬਿੱਲ ਹੋਵੇ ਤਾਂ ਵੀ ਕੁਛ ਜਿਹੜੀ ਦੀ ਰਿਆਇਤ ਹੋ ਸਕਦੀ ਆ, ਜਿੰਨੇ ਕਿਉਂਕਿ ਸਰਟਨ ਜਿਹੜੇ ਯੂਨਿਟ ਨੇ ਉਹ ਤੋਂ ਉੱਪਰ ਜਦੋਂ ਤੁਸੀਂ ਵਰਤਦੇ ਹੋ ਤਾਂ ਫਿਰ ਉਹਦਾ ਰੇਟ ਜਿਹੜਾ ਵੱਧ ਜਾਂਦਾ, ਪਹਿਲੇ ਯੂਨਿਟਾਂ ਦੇ ਉੱਤੇ 9 ਰੁਪਈਏ ਜਿਹੜਾ ਜੀ ਉਹ ਬਿਜਲੀ ਹੋ ਜਾਣੀ ਹੈ। ਇਹ ਨਵੇਂ ਸਾਲ ਦਾ ਤੋਹਫਾ ਜਿਹੜਾ ਜੀ ਉਹ ਪੰਜਾਬ ਸਰਕਾਰ ਦੇ ਰਹੀ ਹੈ ਇੱਥੇ ਖਪਤਕਾਰਾਂ ਨੂੰ। ਜਦੋਂ ਸਰਕਾਰ ਨਹੀਂ ਬਣੀ ਤਾਂ ਸੁਨੀਲ ਜਾਖੜ ਹੋਰੀ ਪ੍ਰੈਸ ਕਾਨਫਰੰਸਾਂ ਕਰਦੇ ਸੀ ਕਿ ਅਸੀਂ ਬਿਜਲੀ ਸਮਝੌਤਿਆਂ ਦੇ ਉੱਤੇ ਨਜ਼ਰਸਾਨੀ ਕਰਾਂਗੇ, ਇਹਨਾਂ ਨੂੰ ਰਿਵਿਊ ਕਰਾਂਗੇ। ਕੋਈ ਰਿਵਿਊ ਨਹੀਂ ਕੀਤਾ ਗਿਆ, ਉਸੇ ਤਰੀਕੇ ਦੇ ਨਾਲ ਚੱਲ ਰਿਹਾ। ਕਿਹਾ ਇਹ ਜਾ ਰਿਹਾ ਕਿ ਜਿਹੜੀਆਂ ਕੰਪਨੀਆਂ ਨੇ ਇਹ ਸਮਝੌਤੇ ਕੀਤੇ ਸੀਗੇ, ਅਗਲੇ ਜੋ ਪਹਿਲੀਆਂ ਸਰਕਾਰਾਂ ਨੂੰ ਦਿੰਦੇ ਸੀ ਉਹ ਹੋਣ ਵਾਲਿਆਂ ਨੂੰ ਦੇਣ ਲੱਗ ਗਏ ਵੀ ਤੁਸੀਂ ਆਪਣਾ ਹਿੱਸਾ ਪੱਤੀ ਚੁੱਕੋ ਤੇ ਚੁੱਪ ਰਹੋ। ਇਸ ਕਰਕੇ ਇਸ ਮਾਮਲੇ ਵਿੱਚ ਕੁਛ ਨਹੀਂ ਜਿਹੜਾ ਜੀ ਉਹ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ। ਗੱਲ ਇੱਥੇ ਰੁਕਣੀ ਨਹੀਂ ਹੈ ਜੀ, ਅਪ੍ਰੈਲ ਦੇ ਵਿੱਚ ਮੁੜ ਕੇ ਫਿਰ ਜਿਹੜਾ ਜੀ ਉਹ ਅਗਲਾ ਵਾਧਾ ਜਿਹੜਾ ਉਹ ਹੋ ਸਕਦਾ ਆ। ਇਸ ਵੇਲੇ ਇਹ ਮੌਜੂਦਾ ਸਰਕਾਰ ਦੀ ਗਲੇ ਦੀ ਹੱਡੀ ਬਣਿਆ, ਸੁਨੀਲ ਜਾਖੜ ਹੋਰੀ ਕਹੀ ਜਾਂਦੇ ਆ ਕਿ ਇਹਦੇ ਉੱਤੇ ਨਜ਼ਰਸਾਨੀ ਹੋਣੀ ਚਾਹੀਦੀ ਆ। ਮੁੱਖ ਮੰਤਰੀ ਉਹਨਾਂ ਦਾ ਇੱਕ ਕੋਈ ਬਿਆਨ ਤੱਕ ਵੀ ਇਹਦੇ ਉੱਤੇ ਜਿਹੜਾ ਜੀ ਉਹ ਨਹੀਂ ਆਇਆ ਤੇ ਨਾ ਕੋਈ ਆਉਣ ਦੀ ਉਮੀਦ ਹੈ। ਔਰ ਦੂਜਾ ਜਿਹੜਾ ਝਟਕਾ ਉਹ ਮੁਲਕ ਵਾਸੀਆਂ ਨੂੰ ਪੈਣਾ ਜੀ, ਉਹ ਨਵੇਂ ਸਾਲ ਦੇ ਮੌਕੇ ਦੇ ਉੱਤੇ ਰੇਲਵੇ ਨੇ ਕਿਰਾਏ ਦੇ ਵਿੱਚ ਜਿਹੜਾ ਜੀ ਉਹ ਵਾਧਾ ਕਰਤਾ, ਅੱਜ ਤੋਂ ਇਹ ਲਾਗੂ ਜਿਹੜਾ ਜੀ ਉਹ ਹੋ ਗਿਆ। ਜਿਹੜੇ ਨਾਨ AC ਜਾਂ ਜਿਹੜੀਆਂ ਉਪ ਨਗਰੀ ਰੇਲਾਂ ਨੇ ਉਹਦੇ ਵਿੱਚ 1 ਪੈਸਾ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਵਾਧਾ
ਜਿਹੜਾ ਜੀ ਉਹ ਕੀਤਾ ਗਿਆ। ਐਕਸਪ੍ਰੈਸ ਰੇਲ ਗੱਡੀਆਂ ਦਾ ਕਿਰਾਇਆ ਜਿਹੜਾ ਜੀ 2 ਪੈਸੇ ਪ੍ਰਤੀ ਕਿਲੋਮੀਟਰ, ਏਸੀ ਕਿਰਾਇਆ ਜਿਹੜਾ 4 ਪੈਸੇ ਪਰ ਕਿਲੋਮੀਟਰ ਜਿਹੜਾ ਉਹ ਵਾਧਾ ਕੀਤਾ ਗਿਆ। ਸ਼ਤਾਬਦੀ, ਰਾਜਧਾਨੀ, ਦੁਰੰਤੋ ਵਰਗੀਆਂ ਰੇਲ ਗੱਡੀਆਂ ਦਾ ਕਿਰਾਇਆ ਵੀ ਜਿਹੜਾ ਜੀ ਉਹ ਵਧਾਇਆ ਗਿਆ। ਸੂਬੇ ਦੇ ਵਿੱਚ ਵੀ ਝਟਕਾ, ਮੁਲਕ ਦੇ ਵਿੱਚ ਵੀ ਜਿਹੜਾ ਜੀ ਉਹ ਵੱਡਾ ਝਟਕਾ ਅੱਜ ਦੇ ਦਿਨ ਜਿਹੜਾ ਤੋਹਫੇ ਦੇ ਰੂਪ ਲੋਕਾਂ ਨੂੰ ਜਿਹੜਾ ਜੀ ਭੁੱਲ ਗਿਆ, ਕਿਉਂਕਿ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੀ ਰੇਲ ਆ ਉਹਨੂੰ ਇੱਥੇ ਲੋਕ ਵਰਤਦੇ ਆ ਜੀ, ਔਰ ਉਹਨਾਂ ਦੀਆਂ ਜੇਬਾਂ ਜਿਹੜੀਆਂ ਜੀ ਉਹ ਹਲਕੀਆਂ ਹੋਣਗੀਆਂ। ਮਹਿੰਗਾਈ ਦੇ ਮਾਰੇ ਲੋਕ ਉਲਝਾ ਦਿੱਤੇ ਗਏ ਜੀ, CAA ਤੇ NRC ਦੇ ਵਿੱਚ ਲੋਕਾਂ ਨੂੰ ਭੁੱਲ ਭੁਲਾਈ ਗਿਆ ਵੀ ਗੰਡਿਆਂ ਦਾ ਰੇਟ ਅਜੇ ਵੀ 130 ਰੁਪਏ ਜਿਹੜਾ ਜੀ ਕਿਲੋ ਆ, ਔਰ ਇਹਦੇ ਰੌਲੇ ਗੌਲੇ ਦੇ ਵਿੱਚ ਲਗਾਤਾਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਜੀ ਉਹ ਕੇਂਦਰ ਦੀ ਸਰਕਾਰ ਚੁੱਪ ਕੀ ਵਧਾਈ ਜਾਂਦੀ ਹੈ। ਬਿਲਕੁਲ ਜੀ, ਜੋ ਕੁਛ ਕਰ ਰਹੇ ਆ ਨਵੇਂ ਸਾਲ ਦੇ ਤੋਹਫੇ ਵੀ ਦਿੱਤੇ ਆ, ਕੋਈ ਜੌਬ ਹੈ ਨਹੀਂ, ਕੋਈ ਕੁਛ ਵੀ ਹੈ ਨਹੀਂ, ਉਸ ਨੂੰ ਲੈ ਕੇ ਵੀ ਹੁਣ ਨਵੇਂ ਸਾਲ ਦੇ ਵਿੱਚ ਵੀ ਲੋਕਾਂ ਦਾ ਰੋਹ ਦਾ ਸ਼ਿਕਾਰ ਬਣੂਗੀ ਪੰਜਾਬ ਸਰਕਾਰ। ਬਿਲਕੁਲ ਜੀ, ਕਈ ਕੁਛ ਹੈ ਪੰਜਾਬ ਸਰਕਾਰ ਦੇ ਵਿੱਚ, ਕੁਛ ਵੀ ਸੁਲਝਿਆ ਨੀ ਗਾ, ਸਭ ਅਣਸੁਲਝਿਆ ਜਿਹੜਾ ਵੀ ਪਿਆ, ਬਲਕਿ ਜੇ ਕਿਹਾ ਜਾਵੇ ਕਿ ਉਲਝਣਾ ਹੀ ਉਲਝਣਾ ਨੇ, ਗੁਲਝਣਾ ਹੀ ਗੁਲਝਣਾ ਨੇ, ਤੇ ਇਹ ਕੋਈ ਅਤਕਥਨੀ ਜਿਹੜੀ ਵੀ ਉਹ ਆ। ਕੈਪਟਨ ਸਰਕਾਰ ਨੂੰ ਸੱਤਾ ਦੇ ਵਿੱਚ ਆਇਆ ਜਿਹੜਾ ਵੀ 16 ਮਾਰਚ ਨੂੰ 3 ਸਾਲ ਮੁਕੰਮਲ ਹੋ ਜਾਣੇ ਆ, ਔਰ ਵਾਅਦੇ ਪੂਰੇ ਨਾ ਕਰਨ ਕਰਕੇ ਲੋਕਾਂ ਦਾ ਰੋਹ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਇਸ ਵੇਲੇ ਉਹਦਾ ਸਾਹਮਣਾ ਉਹਨੂੰ ਕਰਨਾ ਜਿਹੜਾ ਜੀ ਉਹ ਪੈ ਰਿਹਾ। ਸਟੂਡੈਂਟ, ਨੌਜਵਾਨ, ਕਿਸਾਨ, ਖੇਤ ਮਜ਼ਦੂਰ, ਮੁਲਾਜ਼ਮ ਸਭ ਔਖੇ ਨੇ ਜੀ, ਔਰ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਕੈਪਟਨ ਸਰਕਾਰ ਤੋਂ ਬਹੁਤ ਆਸਾਂ ਸੀਗੀਆਂ ਜੀ, ਔਰ ਜਿੰਨੇ ਬੰਬੀਆਂ ਦੇ ਕੋਠੇ ਨੇ ਉਹਨਾਂ ਦੇ ਉੱਤੇ ਜਿਹੜਾ ਵੀ ਉਹ ਲਿਖਿਆ ਆਇਆ ਸੀ ਕਿ 14 ਹੈ ਪੰਜਾਬ ਕੈਪਟਨ ਦੀ ਸਰਕਾਰ। ਹੁਣ ਉਹਦੇ ਉੱਤੇ ਕਈ ਤਰ੍ਹਾਂ ਦੇ ਸਟਾਇਰ ਕਟਾਕਸ਼ ਜਿਹੜੇ ਜੀ ਉਹ ਸੁਣਨ ਨੂੰ ਮਿਲਦੇ ਆ ਕਿ ਕਿਹੜੇ ਸਰਕਾਰ ਜਿਹੜੀ ਜੀ ਉਹ ਪੰਜਾਬ ਚਾਹੁੰਦਾ ਸੀਗਾ। ਪੰਜਾਬ ਦੀਆਂ ਚਾਹੇ ਤੁਸੀਂ ਕਿਸਾਨ ਜਥੇਬੰਦੀਆਂ ਲੈ ਲਓ, ਚਾਹੇ ਜਿਹੜੀਆਂ ਮੁਲਾਜ਼ਮ ਵਰਗ ਹੈ, ਅਧਿਆਪਕ ਨੇ, ਇਹਨਾਂ ਨੇ ਇੱਕ ਗੱਲ ਕਰਕੇ ਜਿਹੜੀਆਂ ਜੀ ਵੋਟਾਂ ਪਾਈਆਂ ਸੀ ਵੀ ਨਵੀਂ ਪਾਰਟੀ ਨੂੰ ਚਾਂਸ ਨਹੀਂ ਦੇਣਾ, ਅਸੀਂ ਤਾਂ ਉਹ ਨਵੇਂ ਨੇ, ਉਹਨਾਂ ਕੋਲ ਤਜਰਬਾ ਨਹੀਂ ਹੈਗਾ। ਹੁਣ ਤਜਰਬੇਕਾਰਾਂ ਨੇ ਜੋ ਹਾਲਾਤ ਪੰਜਾਬ ਦੇ ਜਿਹੜੇ ਜੀ ਉਹ ਬਣਾ ਦਿੱਤੇ ਆ, ਉਹਦੇ ਵਿੱਚ ਇਹ ਕਿਹਾ ਜਾ ਸਕਦਾ ਕਿ ਨਵੇਂ ਸਾਲ ਦੇ ਵਿੱਚ ਵੀ ਲੋਕ ਜਿਹੜੇ ਵੀ ਉਹ ਸੜਕਾਂ ਤੋਂ ਲਾਂਭੇ ਨਹੀਂ ਹੋਣਗੇ। ਬਿਜਲੀ ਦੀ ਆਪਾਂ ਗੱਲ ਕੀਤੀ ਆ, ਵਾਰ ਵਾਰ ਵਾਧਾ ਕਰਕੇ ਲੋਕਾਂ ਨੂੰ ਪਰੇਸ਼ਾਨ ਜਿਹੜਾ ਜੀ ਉਹ ਕੀਤਾ ਗਿਆ, ਔਰ ਬਿਜਲੀ ਦੇ ਬਿੱਲ ਲੋਕਾਂ ਦੇ ਵਾਸਤੇ ਮੁਸੀਬਤ ਜਿਹੜੇ ਜੀ ਉਹ ਬਣੇ ਹੋਏ ਆ। ਇਸ ਮੁੱਦੇ ਦੇ ਉੱਤੇ ਕਾਂਗਰਸ ਸਣੇ ਸਾਰੀਆਂ ਸਿਆਸੀ ਪਾਰਟੀਆਂ ਪਰੇਸ਼ਾਨ ਨੇ। ਵਿਰੋਧੀ ਧਿਰ ਜਿਹੜੀ ਆਮ ਆਦਮੀ ਪਾਰਟੀ ਆ, ਉਹਨੇ ਇਸ ਮੁੱਦੇ ਦੇ ਉੱਤੇ ਮੁੱਖ ਮੰਤਰੀ ਦੀ ਕੋਠੀ ਜਿਹੜੀ ਉਹ ਘੇਰਨ ਦਾ ਐਲਾਨ ਕੀਤਾ 7 ਤਰੀਕ ਨੂੰ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜੂਰੀ ਨੇ, ਉਹ ਕਹਿੰਦੇ ਆ ਕਿ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਸਮਝੌਤੇ ਜਿਹੜੇ ਆ ਉਹਨਾਂ ਨੂੰ ਰਿਵਿਊ ਕੀਤਾ ਜਾਵੇ, ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਆ। ਹੁਣ ਉਹ ਦੇਖੋ ਪਾਰਟੀ ਦੇ ਪ੍ਰਧਾਨ ਨੇ, ਪਾਰਟੀ ਦਾ ਪ੍ਰਧਾਨ ਉੱਪਰ ਹੁੰਦਾ ਸਰਕਾਰ ਤੋਂ, ਉਹ ਮਹਿਜ ਬਿਆਨ ਜਾਰੀ ਕਰ ਰਹੇ ਆ ਜੀ। ਇੰਨੇ ਤੁਸੀਂ ਕਹਿ ਦੋ ਕਿ ਉਹ ਤਾਕਤ ਵਿਹੂਣੇ ਨੇ ਕਿ ਉਹ ਆਪਣੀ ਪਾਵਰ ਦਾ ਇਸਤੇਮਾਲ ਕਿਤੇ ਨੀ ਜਿਹੜਾ ਜੀ ਉਹ ਕਰ ਰਹੇ, ਸਾਰੇ ਕਾਗਜ਼ ਪੱਤਰ ਉਹਨਾਂ ਦੇ ਕੋਲੇ ਨੇ। ਇਹਦੇ ਕਰਕੇ ਲੋਕਾਂ ਦੇ ਵਿੱਚ ਰੋਹ ਜਿਹੜਾ ਜੀ ਉਹ ਵਧਣਾ ਲਾਜ਼ਮੀ ਆ। ਪੰਜਾਬ ਅਦਾਲਤ ਦੀ ਅਗਲੀ ਮੀਟਿੰਗ 'ਚ ਇਹ ਮਾਮਲਾ ਉੱਠ ਸਕਦਾ, ਪਰ ਇਹ ਰਿਵਿਊ ਹੋਊਗਾ ਨਹੀਂ, ਤੁਸੀਂ ਦੇਖ ਲੈਣਾ ਜੀ। ਉਹਦਾ ਕਾਰਨ ਪਹਿਲਾਂ ਹੀ ਮੈਂ ਤੁਹਾਨੂੰ ਇਸ਼ਾਰਾ ਕੀਤਾ ਵੀ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਕਿਵੇਂ ਇਹ ਸਾਰੀ ਸਰਕਾਰ ਜਿਹੜੀ ਉਹ ਚੁੱਪ ਕਰਾਈ ਹੋਈ ਆ। CPI ਪੰਜਾਬ ਦੇ ਵੱਲੋਂ ਇਹਦੇ ਸੰਬੰਧੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਹੋਰ ਪਾਰਟੀਆਂ ਵੀ ਅੰਦੋਲਨ ਦੀ ਜਿਹੜੀ ਯੋਜਨਾ ਬਣਾ ਰਹੀਆਂ ਨੇ। ਲੋਕ ਇਨਸਾਫ਼ ਪਾਰਟੀ ਸ਼ਾਮਲਾਟਾਂ ਦੇ ਜ਼ਮੀਨ ਦੇ ਮੁੱਦੇ ਦੇ ਉੱਤੇ 7 ਜਨਵਰੀ ਤੋਂ ਅੰਦੋਲਨ ਕਰਨ ਦਾ ਉਹਨੇ ਐਲਾਨ ਜਿਹੜਾ ਜੀ ਉਹ ਕੀਤਾ ਹੋਇਆ। ਕੈਪਟਨ ਸਰਕਾਰ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ 5,500 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਜਿਹੜੀ ਜੀ ਉਹ ਕੀਤੀ ਸੀ। ਬਹੁਤਾ ਹਿੱਸਾ ਕਰਜ਼ੇ ਮੁਆਫ਼ੀ ਦੀ ਉਡੀਕ ਕਰ ਰਿਹਾ। ਕਿਸਾਨਾਂ ਦੀਆਂ ਜਥੇਬੰਦੀਆਂ ਨੇ ਭਾਰਤ ਬੰਦ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਬੇਰੁਜ਼ਗਾਰ ਟੀਚਰ ਜਿਹੜੇ ਪਹਿਲਾਂ ਹੀ ਸੜਕੇ ਦਿੱਤੇ ਨੇ, ਜਿਹੜੇ ਨੌਜਵਾਨ ਉਹਨਾਂ ਨੇ ਸਮਾਰਟ ਫੋਨ ਮਿਲਣ ਦੀ ਉਡੀਕ ਜਿਹੜੀ ਸੀਗੀ, ਔਰ ਹੁਣ ਇਹ ਕਹਿ ਦਿੱਤਾ ਗਿਆ ਕਿ ਸਮਾਰਟ ਫੋਨ ਜਿਹੜੇ ਆ ਉਹ 11ਵੀਂ ਤੇ 12ਵੀਂ ਦੀਆਂ ਮਹਿਜ਼ ਕੁਛ ਲੜਕੀਆਂ ਨੂੰ ਦੇਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਗਿਆ, ਬਾਕੀ ਸਾਰੇ ਇਹਦੇ ਵਿੱਚੋਂ ਜਿਹੜਾ ਜੀ ਕੱਢ ਦਿੱਤੇ ਗਏ। ਬਿਲਕੁਲ ਜੀ, ਹਰੇ ਪਤਾ ਨੀ ਕੀ ਕੁਛ ਇਹਨਾਂ ਨੇ ਕੱਢਣਾ ਜੋ ਹਾਲਾਤ ਆ। ਤੇ ਅੱਗੇ ਗੱਲ ਕਰਦੇ ਹਾਂ ਪੁਲਿਸ ਭਰਤੀ ਦੀ, ਉਹ ਵੀ ਇੱਕ ਘਟਾਲਾ, ਕਈ ਪੁਲਿਸੀਏ ਠੱਗੇ ਗਏ ਇਸ ਦੇ ਵਿੱਚ। ਦੇਖੋ ਜੀ, DGP ਦਫ਼ਤਰ ਦੇ ਵਿੱਚ ਜਿਹੜਾ ਸੀਗਾ ਉਹ ਪਹੁੰਚ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਪੁਲਿਸ ਦਾ ਸਬ ਇੰਸਪੈਕਟਰ ਦੱਸਦਾ ਸੀ, ਜਿਹਨੇ ਨੌਜਵਾਨਾਂ ਨੂੰ ਪੁਲਿਸ 'ਚ ਭਰਤੀ ਕਰਾਉਣ ਦੇ ਨਾਮ ਦੇ ਉੱਤੇ 1,00,000 ਰੁਪਏ ਜਿਹੜੇ ਜੀ ਉਹ ਠੱਗੇ ਆ, ਔਰ ਪੁਲਿਸ ਦੇ ਹੱਥੇ ਇਹ ਚੜਿਆ ਜੀ। ਹਰਿੰਦਰ ਸਿੰਘ ਉਰਫ ਬੱਬੂ, ਇਹਦੇ ਤੋਂ ਜਿਹੜੀ SIT ਹੈ ਜਿਹੜੀ ਪਟਿਆਲੇ ਦੇ ਵਿੱਚ ਬਣੀ ਆ, ਉਹਦੇ ਵੱਲੋਂ ਪੁੱਛਗਿੱਛ ਜਿਹੜੀ ਜੀ ਉਹ ਕੀਤੀ ਜਾ ਰਹੀ ਹੈ। ਉਹਦੇ ਸ਼ੁਰੂਆਤੀ ਦੌਰ ਦੇ ਵਿੱਚ 30 ਦਰਜਨ ਮਾਮਲਿਆਂ ਦੇ ਵਿੱਚ 68 ਲੱਖ ਰੁਪਈਏ ਲੈਣ ਦੀ ਗੱਲ ਜਿਹੜੀ ਜੀ ਉਹ ਕਹੀ ਹੈ।
ਔਰ ਇਹ ਕਿਹਾ ਜਾ ਰਿਹਾ ਕਿ ਅੱਧੀ ਦਰਜਨ ਨਹੀਂ ਇਹ ਕਈ ਦਰਜਨ ਜਿਹੜੇ ਦੀ ਉਹ ਮਾਮਲੇ ਹੋ ਸਕਦੇ ਆ। ਪੁਲਿਸ ਦੇ ਵੱਲੋਂ ਅਜੇ ਹੋਰ ਵਿਸਥਾਰ ਦੇ ਵਿੱਚ ਇਸ ਤੋਂ ਪੁੱਛਗਿੱਛ ਜਿਹੜੀ ਦੀ ਉਹ ਕੀਤੀ ਜਾ ਰਹੀ ਆ। ਜਿਹੜਾ ਬੱਬੂ 12 ਬੋਰ ਆ ਇਹਨੂੰ ਬਰਨਾਲਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਸੀਗਾ ਪਟਿਆਲੇ ਦੀ SIT ਨੇ, ਤਾਂ ਜਿਹਦੇ ਕੋਲ 5 ਦਿਨ ਦਾ ਉਹਦਾ ਪੁਲਿਸ ਰਿਮਾਂਡ ਜਿਹੜਾ ਦੀ ਹੈ, ਔਰ ਇੱਥੇ ਜਿਹੜਾ CIA ਸਟਾਫ ਹੈ ਉਹਦਾ ਦਫ਼ਤਰ ਜਿਹੜਾ ਜੀ ਉੱਥੇ ਉਹਨੂੰ ਰੱਖਿਆ ਹੋਇਆ। ਇਹਦੇ ਵਿੱਚ ਜਿਹੜੀਆਂ ਟੀਮਾਂ ਨੇ ਪੁਲਿਸ ਦੀਆਂ ਉਹ ਪੁੱਛਗਿੱਛ ਜਿਹੜੀ ਇਹਦੇ ਤੋਂ ਕਰ ਰਹੀਆਂ ਨੇ। ਜਿਹੜੇ SSP ਨੇ ਉਹਨਾਂ ਨੇ ਵੀ ਇਹਦੇ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਆ। DGP ਨੇ ਇਹ SIT ਜਿਹੜੀ ਦੀ ਉਹ ਬਣਾਈ ਸੀਗੀ ਜਿਹਦੇ ਵਿੱਚ 6 ਜ਼ਿਲ੍ਹਿਆਂ ਦੇ ਪੁਲਿਸ ਮੁਖੀ ਜਿਹੜੇ ਮੈਂਬਰਾਂ ਵਜੋਂ ਸ਼ਾਮਲ ਕੀਤੇ ਗਏ ਆ। ਪਟਿਆਲੇ ਦੇ ਪਿੰਡ ਸ਼ਮਸਪੁਰ ਦਾ ਰਹਿਣ ਵਾਲਾ ਹਰਿੰਦਰ ਸਿੰਘ ਉਰਫ ਬੱਬੂ 12 ਬੋਰ 2011 ਦੇ ਵਿੱਚ ਉਦੋਂ ਚਰਚਾ ਦੇ ਵਿੱਚ ਆਇਆ ਸੀਗਾ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਦੋ ਨੌਜਵਾਨਾਂ ਦੇ ਗਰੁੱਪਾਂ ਦੇ ਵਿੱਚ ਲੜਾਈ ਦੇ ਵਿੱਚ ਉਹ ਗੋਲੀ ਲੱਗਣ ਕਰਕੇ ਜ਼ਖਮੀ ਜਿਹੜਾ ਜੀ ਹੋ ਗਿਆ ਸੀਗਾ। ਇਸ ਤੋਂ ਬਾਅਦ ਕੁਝ ਪੁਲਿਸ ਅਧਿਕਾਰੀਆਂ ਦੇ ਨਾਲ ਉਹਨੇ ਜਿਹੜਾ ਜੀ ਉਹ ਲਿੰਕ ਬਣਾ ਲਏ, ਉਹਦੀਆਂ ਸਰਗਰਮੀਆਂ ਦਾ ਸੇਕ ਜਿਹੜਾ ਸੀ DGP ਦਫ਼ਤਰ ਤੱਕ ਵੀ ਜਾ ਪਹੁੰਚਿਆ, ਕਿਉਂਕਿ ਭਰਤੀ ਦੇ ਨਾਮ ਦੇ ਉੱਤੇ ਪੈਸੇ ਲੈਣ ਦੀਆਂ ਸ਼ਿਕਾਇਤਾਂ ਜਿਹੜੀਆਂ ਦੀ ਉਹਨੂੰ ਮਿਲੀਆਂ, ਔਰ DGP ਦਫ਼ਤਰ ਦਾ ਨਾਮ ਵੀ ਇਹਦੇ ਵਿੱਚ ਜਿਹੜਾ ਜੀ ਉਹ ਬੋਲਣ ਲੱਗਿਆ। ਜਿਹੜਾ ਇਹ ਬੱਬੂ 12 ਬੋਰ ਹੈ ਜੀ, ਇਹ ਆਪਣੇ ਆਪ ਨੂੰ ਸਬ ਇੰਸਪੈਕਟਰ ਤੇ ਆਪਣੀ ਘਰਵਾਲੀ ਨੂੰ DGP ਦਫ਼ਤਰ ਦੇ ਵਿੱਚ ਕੰਮ ਕਰਨ ਵਾਲੀ ਮੁਲਾਜ਼ਮ ਜਿਹੜਾ ਜੀ ਉਹ ਦੱਸਦਾ ਸੀਗਾ। ਉਹਨੇ ਕਈ ਥਾਣੇਦਾਰਾਂ ਤੋਂ ਵੀ ਜਿਹੜੇ ਜੀ ਉਹ ਪੈਸੇ ਲਏ ਆ, ਔਰ ਮੁੰਡਿਆਂ ਨੂੰ ਭਰਤੀ ਕਰਾਉਣ ਦੇ ਨਾਂ ਦੇ ਉੱਤੇ 48 ਲੱਖ ਰੁਪਈਏ ਜਿਹੜੇ ਆ ਜੀ ਉਹ ਉਹਨੇ ਠੱਗੇ ਆ। ਵੈਸੇ ਵੇਖਿਆ ਜਾਵੇ ਇਸ ਪੱਖੋਂ ਤਾਂ ਇਹ ਥੋੜੇ ਇਨਾਮ ਦਾ ਵੀ ਹੱਕਦਾਰ ਆ, ਜੇ ਪੁਲਿਸ ਵਾਲਿਆਂ ਨੂੰ ਇੰਨਾ ਵੱਡਾ ਰਗੜਾ ਜਿਹੜਾ ਜੀ ਉਹ ਲਾ ਗਿਆ ਤੇ ਬੰਦਾ ਤਾਂ ਫਿਰ ਜਿਹੜਾ ਉਹ ਕਲਾਕਾਰ ਹੋਊਗਾ ਹੀ। ਬਿਲਕੁਲ ਜੀ, ਇੱਦਾਂ ਦੇ ਕਲਾਕਾਰ ਤਾਂ ਬਹੁਤ ਆ ਪੰਜਾਬ 'ਚ, ਸਪੈਸ਼ਲੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਕਲਾਕਾਰ। ਅਤੇ ਅੱਗੇ ਗੱਲ ਕਰਦੇ ਹਾਂ ਫੌਜੀ ਮਾਮਲਿਆਂ ਦੇ ਬਾਰੇ ਵਿੱਚ, ਇੱਕ ਨਵਾਂ ਵਿਭਾਗ ਹੀ ਬਣਿਆ ਕਿਸ ਸੈਂਟਰ ਦੇ ਵਿੱਚ? ਦੇਖੋ ਜੀ, CDS ਜਿਹੜਾ ਜੀ ਉਹ ਬਣਾ ਦਿੱਤਾ ਗਿਆ ਚੀਫ ਆਫ ਡਿਫੈਂਸ ਸਟਾਫ, ਔਰ ਜਿਹੜੀ ਸਰਕਾਰ ਹੈ ਕੇਂਦਰ ਦੀ ਉਹਨੇ ਇਹਨੂੰ ਅੱਗੇ ਜਿਹੜਾ ਜੀ ਇਹਦੇ ਵੱਲ ਕਦਮ ਵਧਾਇਆ। ਜਦੋਂ ਐਕਚੁਲੀ ਪਿਛਲੇ ਦਿਨੀ ਫੌਜ ਦੇ ਮੁਖੀ ਦਾ ਬਿਆਨ ਆਇਆ ਸੀਗਾ ਮੁਜ਼ਾਹਰਿਆਂ ਨੂੰ ਲੈ ਕੇ, ਉਦੋਂ ਹੀ ਲੱਗਿਆ ਸੀਗਾ ਕਿ ਉਹਨਾਂ ਦੀ ਰਿਟਾਇਰਮੈਂਟ ਕਿਉਂਕਿ ਹੋ ਰਹੀ ਸੀ, ਕੱਲ੍ਹ ਹੋਈ ਆ, ਤੇ ਵੀ ਉਹਨਾਂ ਨੂੰ ਕੋਈ ਅਹੁਦਾ ਦਿੱਤਾ ਜਾਊਗਾ, ਉਹੀ ਇਹਦੇ ਉੱਤੇ ਜਿਹੜਾ ਜੀ ਉਹ ਲਾਏ ਗਏ ਆ। ਔਰ ਇਹਦੇ ਸੰਬੰਧੀ ਰੱਖਿਆ ਮੰਤਰਾਲੇ ਦੇ ਵਿੱਚ ਵਿਭਾਗ ਦਾ ਗਠਨ ਜਿਹੜਾ ਜੀ ਉਹ ਹੋਇਆ। CDS ਜਿਹੜਾ ਜੀ ਰਿਟਾਇਰਡ ਜਨਰਲ ਬਿਪਿਨ ਰਾਵਤ ਇਹਦੇ ਮੁਖੀ ਜਿਹੜੇ ਉਹ ਬਣਾਏ ਗਏ ਆ, ਔਰ ਜਨਰਲ ਰਾਵਤ ਹੋਰਾਂ ਨੇ ਫੌਜ ਮੁਖੀ ਦੇ ਤੌਰ ਦੇ ਉੱਤੇ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਕੀਤਾ ਤੇ ਉਹ ਨਵੇਂ ਜਿਹੜੇ ਜੀ CDS ਦਾ ਅਹੁਦਾ ਜਿਹੜਾ ਜੀ ਉਹਨਾਂ ਨੇ ਅੱਜ ਸੰਭਾਲਣਾ। ਰਾਸ਼ਟਰਪਤੀ ਦੇ ਵੱਲੋਂ ਫੌਜੀ ਮਾਮਲੇ ਵਿਭਾਗ ਦੇ ਗਠਨ ਨੂੰ ਮਨਜ਼ੂਰੀ ਜਿਹੜੀ ਜੀ ਉਹ ਦਿੱਤੀ ਗਈ ਆ। ਇਸ ਬਦਲਾਅ ਤੋਂ ਬਾਅਦ ਰੱਖਿਆ ਮੰਤਰਾਲੇ ਦੇ ਅਧੀਨ 5 ਵਿਭਾਗ ਜਿਹੜੇ ਹੋ ਗਏ ਆ, ਇਹਦੇ ਵਿੱਚ ਰੱਖਿਆ ਵਿਭਾਗ, ਫੌਜੀ ਮਾਮਲੇ ਵਿਭਾਗ, ਰੱਖਿਆ ਉਤਪਾਦਨ ਵਿਭਾਗ, ਰੱਖਿਆ ਖੋਜ ਤੇ ਵਿਕਾਸ ਵਿਭਾਗ ਤੇ ਸਾਬਕਾ ਫੌਜੀ ਭਲਾਈ ਵਿਭਾਗ ਇਹਦੇ ਵਿੱਚ ਸ਼ਾਮਲ ਨੇ ਜੀ। ਰੱਖਿਆ ਮੰਤਰਾਲੇ ਦੇ ਅਧੀਨ ਨਵਾਂ ਫੌਜੀ ਮਾਮਲੇ ਵਿਭਾਗ ਫੌਜ ਦੀਆਂ ਤਿੰਨੋਂ ਇਕਾਈਆਂ ਦੀ ਖਰੀਦ ਤੇ ਹੋਰ ਪ੍ਰਕਿਰਿਆਵਾਂ ਦੇ ਨਾਲ ਜੁੜੇ ਹੋਏ ਜਿਹੜੇ ਜੀ ਉਹ ਕੰਮ ਦੇਖਣਗੇ। ਔਰ ਇਹ ਵੀ ਜਿਹੜਾ ਹੈ ਜੀ ਕਿ ਇਹਦੇ ਵਿੱਚ ਇਸ ਨਵੇਂ ਜਿਹੜਾ ਵਿਭਾਗ ਹੈ ਜੀ ਇਹਦੇ ਵਿੱਚ ਫੌਜ ਦੀਆਂ ਲੋੜਾਂ ਦਾ ਏਕੀਕਰਨ ਕਰਦੇ, ਸਾਂਝੀ ਖਰੀਦ, ਸਿਖਲਾਈ, ਨਿਯੁਕਤੀ ਪ੍ਰਕਿਰਿਆ ਵੀ ਇਹਦੇ ਅੰਦਰ ਜਿਹੜੀ ਜੀ ਉਹ ਆ ਜੂਗੀ। ਕਾਰਗਿਲ ਜੰਗ ਤੋਂ ਬਾਅਦ ਦੇਸ਼ ਦੇ ਵਿੱਚ CDS ਵਰਗੇ ਅਹੁਦੇ ਦੀ ਗੱਲ ਜਿਹੜੀ ਜੀ ਉਹ ਚੱਲਦੀ ਰਹੀ ਆ, ਔਰ ਪਿਛਲੇ ਸੁਤੰਤਰਤਾ ਦਿਵਸ ਦੇ ਮੌਕੇ ਦੇ ਉੱਤੇ ਇਹ ਇਹਨੂੰ ਸ਼ੁਰੂ ਕਰਨ ਦੀ ਗੱਲ ਜਿਹੜੀ ਪ੍ਰਧਾਨ ਮੰਤਰੀ ਨੇ ਕਹੀ ਸੀਗੀ। 24 ਦਸੰਬਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਹਨੂੰ ਮਨਜ਼ੂਰੀ ਜਿਹੜੀ ਜੀ ਉਹ ਮਿਲੀ, ਔਰ 30 ਦਸੰਬਰ ਨੂੰ ਸਾਬਕਾ ਹੁਣ ਹੋ ਗਏ ਜਨਰਲ ਬਿਪਿਨ ਰਾਵਤ ਨੂੰ ਪਹਿਲਾ CDS ਨਿਯੁਕਤ ਜਿਹੜਾ ਜੀ ਉਹ ਕੀਤਾ ਗਿਆ, ਔਰ ਇਹਦੀ ਰਿਟਾਇਰਮੈਂਟ ਦੀ ਉਮਰ ਜਿਹੜੀ ਆ ਉਹ 65 ਸਾਲ ਰੱਖੀ ਜਿਹੜਾ ਜੀ ਉਹ ਗਈ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਬਣ ਸਕਦੇ ਆ ਕੁਛ ਨਵੇਂ ਨਵੇਂ ਸਮੀਕਰਨ? ਦੇਖੋ ਸਮੀਕਰਨ ਤਾਂ ਜਿਹੜੇ ਜੀ ਉਹ ਕਿੰਨੇ ਕੁ ਸਕਸੈਸ ਹੁੰਦੇ ਆ ਇਹ ਜਿਹੜਾ ਜੀ ਕੁਛ ਸਮਾਂ ਦੱਸੂਗਾ। 2022 ਦੇ ਵਿੱਚ ਬੇਸ਼ਕ ਜਿਹੜੀਆਂ ਜੀ ਉਹ ਚੋਣਾਂ ਹੋਣੀਆਂ ਨੇ, 2020 ਸ਼ੁਰੂ ਹੋ ਗਿਆ, ਸੋ 2 ਸਾਲ ਦਾ ਸਮਾਂ ਤਕਰੀਬਨ ਜਿਹੜਾ ਜੀ ਉਹ ਰਹਿ ਗਿਆ, ਜਾਂ ਮਾਰਚ ਦੇ ਵਿੱਚ ਤੁਸੀਂ ਕਹਿ ਲਓ 3 ਕੁ ਮਹੀਨੇ ਉੱਪਰ ਜਿਹੜਾ ਜੀ 2 ਸਾਲ ਤੋਂ ਜੇ ਔਨ ਟਾਈਮ ਜਿਹੜਾ ਜੀ ਉਹ ਹੁੰਦੀਆਂ ਨੇ। ਸੂਬੇ ਦੇ ਵਿੱਚ ਸਿਆਸੀ ਸਮੀਕਰਨ ਤੇ ਇੱਕ ਹੋਰ ਫਰੰਟ ਜਿਹੜਾ ਜੀ ਉਹ ਬਦਲਵੇਂ ਰੂਪ ਦੇ ਵਿੱਚ ਕਿੰਨਾ ਕਾਮਯਾਬ ਹੁੰਦਾ ਇਹ ਤਾਂ ਨਹੀਂ ਅਜੇ ਕੁਛ ਵੀ ਕਿਹਾ ਜਾ ਸਕਦਾ, ਪਰ ਪੰਥਕ ਆਗੂ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਚੌਥਾ ਬਦਲ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਨੇ,
ਔਰ ਇਹ ਕਿਹਾ ਜਾ ਰਿਹਾ ਕਿ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਜੋ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦੇ ਵਿਧਾਇਕ ਤੇ ਦਲ ਦੇ ਆਗੂ ਹੈ, ਉਹ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਜਿਹੜਾ ਦੀ ਉਤਰਨਗੇ। ਇਹ ਅੱਜ ਭਲਕ ਐਲਾਨ ਇਹ ਤੋਂ ਜਿਹੜਾ ਦੀ ਉਹ ਹੋ ਸਕਦਾ ਹੈ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ। ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਜਿਹੜੇ ਕਈ ਹੋਰ ਆਗੂ ਨੇ ਉਹ ਵੀ ਇਸ ਨਵੇਂ ਸਾਲ ਦੇ ਵਿੱਚ ਬਾਦਲ ਦਲ ਨੂੰ ਅਲਵਿਦਾ ਕਹਿ ਸਕਦੇ ਆ, ਤੇ ਇਹ ਜਿਹੜਾ ਦੀ ਇਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਰ ਜਿਹੜਾ ਦੀ ਹੋ ਸਕਦੇ ਆ। ਔਰ ਜਿਹੜਾ ਅਕਾਲੀ ਦਲ ਟਕਸਾਲੀ ਦੇ ਆਗੂ ਇਹ ਪੂਰੇ ਯਤਨਾਂ ਦੇ ਵਿੱਚ ਹੈ ਕਿ ਕਿਵੇਂ ਨਾ ਕਿਵੇਂ ਨਾਰਾਜ਼ ਚੱਲ ਰਹੇ ਅਕਾਲੀ ਆਗੂਆਂ ਨੂੰ ਜਿਹੜਾ ਦੀ ਇਹਦੇ ਵਿੱਚ ਸ਼ਾਮਿਲ ਕਰਵਾਇਆ ਜਿਹੜਾ ਦੀ ਉਹ ਜਾਵੇ। ਲੁਧਿਆਣਾ ਦੇ ਬੈਂਸ ਭਰਾ ਤੇ ਜਿਹੜਾ ਦੀ ਆਪ ਤੋਂ ਜਿਹੜਾ ਦੀ ਪਾਸੇ ਹੋ ਕੇ ਚੱਲ ਰਹੇ ਸੁਖਪਾਲ ਸਿੰਘ ਖਹਿਰਾ ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਇਹਨਾਂ ਇਹ ਵੀ ਇੱਕ ਸਾਂਝੇ ਸਥਾਨ ਦੇ ਉੱਤੇ ਇਕੱਠੇ ਜਿਹੜਾ ਦੀ ਉਹ ਹੋ ਸਕਦੇ ਆ। ਜਿਹੜਾ ਰਾਜ ਸਭਾ ਅੰਦਰ ਸੁਖਦੇਵ ਸਿੰਘ ਢੀਂਡਸਾ ਔਰ ਸਾਬਕਾ ਸਪੀਕਰ ਰਵਿੰਦਰ ਸਿੰਘ ਦੁੰਮਣਾ ਉਹਨਾਂ ਦੇ ਵੱਲੋਂ ਅਕਾਲੀ ਦਲ ਟਕਸਾਲੀ ਨੂੰ ਸਮਰਥਨ ਦੇਣ ਤੋਂ ਬਾਅਦ ਪੰਥਕ ਧਿਰਾਂ ਇੱਕ ਸਾਂਝਾ ਪਲੇਟਫਾਰਮ ਜਾਂ ਚੌਥੇ ਬਦਲ ਵਜੋਂ ਉਭਰਨ ਦੇ ਵਾਸਤੇ ਯਤਨਸ਼ੀਲ ਨੇ, ਜੋ ਕਿ ਅਕਾਲੀ ਦਲ ਤੇ ਕਾਬਜ਼ ਬਾਦਲ ਪਰਿਵਾਰ ਨੂੰ ਸਿਆਸੀ ਤੌਰ ਦੇ ਉੱਤੇ ਪਿੱਛੇ ਕਰਨ ਦੇ ਵਾਸਤੇ ਯਤਨਸ਼ੀਲ ਜਿਹੜੇ ਵੀ ਉਹ ਹੋਣਗੇ। ਇਹ ਵੀ ਕਿਹਾ ਜਾ ਰਿਹਾ ਕਿ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਸਾਬਕਾ ਸਰਪ੍ਰਸਤ ਅਜੀਤ ਸਿੰਘ ਪਵਾਰ ਵਿਛੋੜੇ ਵਾਲੇ ਸਣੇ ਕਈ ਹੋਰ ਵਿਧਾਇਕ ਜਿਨ੍ਹਾਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਿੱਛੇ ਧੱਕਿਆ ਹੋਇਆ ਉਹ ਅਕਾਲੀ ਦਲ ਟਕਸਾਲੀ ਦੇ ਆਗੂਆਂ ਦੇ ਸੰਪਰਕ ਦੇ ਵਿੱਚ ਨੇ। ਔਰ ਇਹ ਵੀ ਜਿਹੜਾ ਉਹ ਕਿਹਾ ਜਾ ਰਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਸਾਬਕਾ ਸਪੀਕਰ ਰਵਿੰਦਰ ਸਿੰਘ ਦੁੰਮੜਾ ਦੇ ਵੱਲੋਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾ, ਰਤਨ ਸਿੰਘ ਅਗਨਾਲਾ ਦੇ ਨਾਲ ਹੱਥ ਮਿਲਾਉਣ ਦੇ ਨਾਲ ਅਕਾਲੀ ਸਫਾ ਦੇ ਵਿੱਚ ਇਹ ਚਰਚਾ ਜ਼ੋਰ ਫੜ ਲਈ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਨਵਾਂ ਬਦਲਾਓ ਜਿਹੜਾ ਦੀ ਉਹ ਆ ਸਕਦਾ ਹੈ। ਇਹ ਬਦਲਾਓ ਕਿੰਨਾ ਸਕਸੈਸਫੁਲ ਹੋਊਗਾ ਇਹ ਇਹਦੇ ਉੱਤੇ ਜਿਹੜਾ ਦੀ ਉਹ ਡਿਪੈਂਡ ਕਰਦਾ, ਪਰ ਇੰਨਾ ਜ਼ਰੂਰ ਹੈ ਕਿ ਇਹਨੇ ਇੱਕ ਉਥਲ ਪੁਥਲ ਜਿਹੜੀ ਹੈ ਜੀ ਉਹ ਅਕਾਲੀ ਦਲ ਦੇ ਅੰਦਰ ਜ਼ਰੂਰ ਜਿਹੜੀ ਵੱਡੀ ਖੜੀ ਕਰ ਦਿੱਤੀ ਹੈ। ਔਰ ਬਾਦਲ ਪਰਿਵਾਰ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਦੀ ਪ੍ਰਕਾਸ਼ ਸਿੰਘ ਬਾਦਲ ਹੁਰੀ ਜਿਹੜਾ ਦੀ ਉਹ ਕਾਬਜ਼ ਰਹੇ ਨੇ ਔਰ ਉਹਨਾਂ ਨੇ ਕੋਈ ਹੋਰ ਅਕਾਲੀ ਦਲ ਜਿਹੜਾ ਦੀ ਉਹਨੂੰ ਚੂੰ ਚਾਂ ਨਹੀਂ ਕਰਨ ਦਿੱਤੀ। 10 ਵਰੇ ਜਿਹੜਾ ਦੀ ਉਹ ਰਾਜ ਵੀ ਕਰ ਗਏ, 5 ਵਾਰੀ ਮੁੱਖ ਮੰਤਰੀ ਜਿਹੜਾ ਦੀ ਉਹ ਬਣ ਗਏ। ਉਹਨੂੰ ਪਹਿਲਾਂ ਚੁਣੌਤੀ ਜਿਹੜੀ ਜੀ ਅਜਿਹੀ ਨਹੀਂ ਜਿਹੜਾ ਉਹ ਮਿਲ ਸਕੀ। ਹੁਣ ਵੇਖਣ ਵਾਲਾ ਇਹ ਹੋਊਗਾ ਕਿ ਇਹ ਚੁਣੌਤੀ ਜਿਹੜੀ ਹੈ ਜੀ ਉਹ ਬਾਦਲ ਪਰਿਵਾਰ ਨੂੰ ਕਿੰਨਾ ਕੁ ਡੈਮੇਜ ਕਰਦੀ ਹੈ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੁਰੀ ਲਗਭਗ ਸਿਆਸਤ ਦੇ ਵਿੱਚੋਂ ਜਿਹੜਾ ਦੀ ਉਹ ਸਾਈਡਲਾਈਨ ਨੇ ਉਮਰ ਦੀ ਵਜ੍ਹਾ ਕਰਕੇ। ਹੁਣ ਇਹ ਨਹੀਂ ਪਤਾ ਕਿ ਉਹ ਜਿੱਥੇ ਬੈਠੇ ਨੇ ਚੁੱਪ ਕੀਤੇ ਵੀ ਬੈਠੇ ਨੇ ਇਹਦੇ ਪਿੱਛੇ ਵੀ ਉਹ ਕੋਈ ਸਿਆਸਤ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਇਸ ਵੇਲੇ ਵਿੱਚ ਵਿਚਾਲੇ ਫਸੀ ਹੋਈ ਜਿਹੜੀ ਸਿਆਸੀ ਬੇੜੀ ਆ ਉਹਨੂੰ ਪਾਰ ਲਾ ਸਕਦੇ ਆ ਜਾਂ ਨਹੀਂ। 2020 ਬਹੁਤ ਅਹਿਮ ਜਿਹੜਾ ਵੀ ਉਹ ਹੋਊਗਾ ਬਾਦਲ ਪਰਿਵਾਰ ਦੇ ਵਾਸਤੇ ਖਾਸ ਤੌਰ। ਬਿਲਕੁਲ ਜੀ, ਜਿਹੜੀ ਇੰਨੀ ਉਮਰ ਦੀ ਇਹ ਲਾਲਸਾ ਸੀ ਆਪਣੇ ਮੁੰਡੇ ਦੀ ਉਹਦੇ ਲਈ ਚੁੱਪ ਕਰਕੇ ਤਾਂ ਨਹੀਂ ਬੈਠਣਗੇ। ਤਾਂ ਇੱਕ ਅਖੀਰਲੇ ਸਵਾਲ ਤੋਂ ਪਹਿਲਾਂ, ਨਵਜੋਤ ਸਿੰਘ ਸਿੱਧੂ ਚੁੱਪ ਹੈਗੇ ਆ, ਕੀ ਉਹ ਵੀ ਕੋਈ ਉਥਲ ਪੁਥਲ ਕਰ ਸਕਦੇ? ਦੇਖੋ ਜੇ ਤਾਂ ਉਹਨਾਂ ਨੇ ਸਿਆਸਤ ਦੇ ਵਿੱਚ ਜਿਹੜਾ ਜੀ ਹੈ ਨਾ ਫੇਰ ਤਾਂ ਕੁਛ ਨਾ ਕੁਛ ਹਿੱਲ ਜੁਲ ਜਿਹੜੀ ਹੈ ਜੀ ਉਹ ਨਜ਼ਰ ਆਊਗੀ। ਜੇ ਆਪਾਂ ਕਾਂਗਰਸ ਦੇ ਨਾਲ ਦੇਖੀਏ ਤੇ ਆਪਾਂ ਕੱਲ ਵੀ ਗੱਲ ਕੀਤੀ ਕਿ ਪ੍ਰਿਅੰਕਾ ਗਾਂਧੀ ਵਾਡਰਾ ਜਿਵੇਂ ਉਹਦੀ ਅਹਿਮੀਅਤ ਜਿਹੜੀ ਆ ਉਹ ਕਾਂਗਰਸ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਸੀਏ ਦਾ ਜਿਹੜਾ ਵਿਰੋਧ ਆ ਉਹਦੀ ਕਮਾਂਡ ਇੱਕ ਕਿਸਮ ਦੇ ਨਾਲ ਪ੍ਰਿਅੰਕਾ ਗਾਂਧੀ ਵਾਡਰਾ ਹੋਰਾਂ ਦੇ ਹੱਥਾਂ ਦੇ ਵਿੱਚ ਜਿਹੜੀ ਦੀ ਉਹ ਜਾਪਦੀ ਹੈ। ਇਹ ਇਸ ਪਾਸੇ ਵੱਲ ਨੂੰ ਸਟੈਪ ਕਹੇ ਜਾ ਸਕਦੇ ਆ ਕਿ ਕੀ ਕਾਂਗਰਸ ਜਿਹੜੀ ਹੈ ਜੀ ਉਹ ਪ੍ਰਿਅੰਕਾ ਗਾਂਧੀ ਵਾਡਰਾ ਹੋਰਾਂ ਦੇ ਦੁਆਲੇ ਘੁੰਮਣ ਲੱਗੀ ਆ, ਜੇ ਇਹਦੇ ਵਿੱਚ ਜਿਹੜੀ ਦੀ ਉਹ ਸਚਾਈ ਹੈ, ਜਾਂ ਇਹ CAA ਦਾ ਜਿਹੜਾ ਅੰਦੋਲਨ ਹੈ ਇਹ ਕਿੰਨਾ ਭਖਦਾ ਹੈ, ਇਹਦੇ ਵਿੱਚੋਂ ਕਾਂਗਰਸ ਕਿੰਨਾ ਗੇਨ ਕਰਦੀ ਹੈ, ਇਹਦੇ ਉੱਤੇ ਡਿਪੈਂਡ ਜਿਹੜਾ ਵੀ ਉਹ ਕਰੂਗਾ। ਹੁਣ ਹੋ ਸਕਦਾ ਜੀ ਤੁਸੀਂ ਇਹਦੇ ਵਿੱਚੋਂ ਵੀ ਸਵਾਲ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਸੀਗਾ ਤੇ ਪ੍ਰਿਅੰਕਾ ਗਾਂਧੀ ਵਾਡਰਾ ਹੋਰਾਂ ਦੇ ਨਾਲ ਕਿਵੇਂ ਜੁੜ ਗਿਆ। ਪ੍ਰਿਅੰਕਾ ਗਾਂਧੀ ਵਾਡਰਾ ਹੋਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਏ ਸੀ ਸਿਆਸਤ ਦੇ ਵਿੱਚ। ਜੇ ਪ੍ਰਿਅੰਕਾ ਗਾਂਧੀ ਵਾਡਰਾ ਕਾਂਗਰਸ ਹਾਈ ਕਮਾਂਡ ਦੇ ਉੱਤੇ ਕਾਬਜ਼ ਹੁੰਦੇ ਆ ਤਾਂ ਇਹ ਕਿਹਾ ਜਾ ਸਕਦਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਅੱਛੇ ਦਿਨ ਆਉਣਗੇ। ਅਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪੰਜਾਬ ਦੀ, ਜਿਹੜਾ ਮੁਲਕ ਦਾ ਫੂਡ ਬੈਂਕ ਕਹਾਉਂਦਾ ਆ, ਤੇ ਉੱਥੇ ਵੀ ਭੁੱਖਮਰੀ। ਕੁਲਦੀਪ, ਦੇਸ਼ ਦੇ ਵਿੱਚ ਜਿਹੜਾ ਦੀ ਜਿਹੜੀ ਇੱਕ ਬਾਉਲ ਕਹੇ ਜਾਣ ਵਾਲੇ ਫੂਡ ਬਾਉਲ ਕਹੇ ਜਾਣ ਵਾਲੇ ਫੂਡ ਬੈਂਕ ਕਹੇ ਜਾਣ ਵਾਲੇ ਪੰਜਾਬ ਦੇ ਵਿੱਚ ਵੀ ਭੁੱਖਮਰੀ ਜਿਹੜੀ ਦੀ ਉਹ ਤੇਜ਼ੀ ਦੇ ਨਾਲ ਵੱਧ ਰਹੀ ਆ।
ਐਕਚੁਅਲੀ ਸਸਟੇਨੇਬਲ ਡਿਵੈਲਪਮੈਂਟ ਗੋਲ ਇੱਕ ਜਿਹੜਾ ਨੀਤੀ ਆਯੋਗ ਆ ਉਹਦੇ ਵੱਲੋਂ ਜਿਹੜੀ ਰਿਪੋਰਟ ਆ ਉਹ ਇਹ ਕਹਿੰਦੀ ਆ ਕਿ ਦੇਸ਼ ਦੇ ਵਿੱਚ ਕੇਰਲਾ ਨੰਬਰ 1 ਦੇ ਉੱਤੇ ਤੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਨੰਬਰ 2 ਦੇ ਉੱਤੇ ਆ। ਪੰਜਾਬ ਦਾ ਜਿਹੜੀ ਜਗ੍ਹਾ ਹੈ ਜੀ ਉਹ ਬਾਹਰਵੇਂ ਜਗ੍ਹਾ ਦੇ ਉੱਤੇ ਹੈ। 2019 ਦੇ ਵਿੱਚ ਪੰਜਾਬ 2 ਸਟੈਪ ਖਿਸਕ ਗਿਆ। ਹਰਿਆਣਾ ਦੀ ਰੈਂਕਿੰਗ 18ਵੇਂ ਨੰਬਰ ਦੇ ਉੱਤੇ ਹੈ। 16 ਮਾਪਦੰਡ ਤੇ ਹੋਈ ਰੈਂਕਿੰਗ 'ਚ ਪੰਜਾਬ ਲਈ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਇੱਕ ਸਾਲ ਦੇ ਵਿੱਚ ਭੁੱਖਮਰੀ 'ਚ 10 ਅੰਕ ਇਹ ਹੇਠਾਂ ਡਿੱਗ ਪਿਆ। 2018 ਦੇ ਸਰਵੇ ਦੇ ਵਿੱਚ ਪੰਜਾਬ ਦੇ 71 ਅੰਕ ਸੀਗੇ ਜਿਹੜੇ ਕਿ ਹੁਣ ਘੱਟ ਕੇ 61 ਰਹਿ ਗਏ ਆ। ਭੁੱਖਮਰੀ ਦੇ ਨਾਲ ਨਾਲ ਪੰਜਾਬ 'ਚ ਗਰੀਬੀ ਵੀ ਤੇਜ਼ੀ ਨਾਲ ਵਧੀ ਹੈ। 18 ਦੇ ਵਿੱਚ ਗਰੀਬੀ ਨੂੰ ਲੈ ਕੇ ਪੰਜਾਬ ਦੇ 56 ਅੰਕ ਸੀਗੇ ਜੀ ਔਰ 19 ਦੇ ਵਿੱਚ ਘੱਟ ਕੇ 48 ਜਿਹੜੇ ਰਹਿ ਗਏ ਆ। ਗਰੀਬੀ ਨੂੰ ਲੈ ਕੇ ਇਹ ਗਿਰਾਵਟ 8% ਹੈ। ਸਿੱਖਿਆ ਨੂੰ ਲੈ ਕੇ ਜਿਹੜਾ ਜੀ ਉਹ ਪੰਜਾਬ ਦੀ ਥੋੜ੍ਹੀ ਜਿਹੀ ਬੈਟਰ ਸਥਿਤੀ ਹੈ। ਕੁਆਲਿਟੀ ਸਿੱਖਿਆ 'ਚ ਸੂਬੇ ਨੇ 4 ਅੰਕਾਂ ਦਾ ਵਾਧਾ ਕੀਤਾ। ਸ਼ਾਂਤੀ ਤੇ ਨਿਆਂ ਦੇ ਵਿੱਚ ਪੰਜਾਬ 1 ਪੁਆਇੰਟ ਹੇਠਾਂ ਆ ਗਿਆ ਔਰ ਪੰਜਾਬ ਨੇ ਸਭ ਤੋਂ ਲੰਬੀ ਛਾਲ ਜਿਹੜੀ ਆ ਉਹ ਸਾਫ਼ ਪਾਣੀ ਤੇ ਸੈਨੀਟੇਸ਼ਨ ਸੈਕਟਰ ਦੇ ਵਿੱਚ ਲਾਈ ਹੈ। ਇਸ ਸੈਕਟਰ ਦੇ ਵਿੱਚ 14 ਪੁਆਇੰਟ ਜਿਹੜੇ ਵੀ ਉਹ ਵੇਖਣ ਨੂੰ ਮਿਲਿਆ। 18 ਦੇ ਵਿੱਚ ਇਹਦੇ ਵਿੱਚ 60 ਜਿਹੜੇ ਉਹ ਪੁਆਇੰਟ ਸੀਗੇ। 19 'ਚ ਵੱਧ ਕੇ 74 ਹੋ ਗਏ ਔਰ ਇਹੋ ਜੀ ਸਥਿਤੀ ਜਿਹੜੀ ਹੈ ਜੀ ਉਹ ਇੰਡਸਟਰੀ ਨਵੇਂ ਪ੍ਰਯੋਗ ਤੇ ਜਿਹੜਾ ਜੀ ਇਨਫਰਾਸਟ੍ਰਕਚਰ ਹੈ ਉਹਦੇ ਵਿੱਚ ਹੈ। 18 ਦੇ ਵਿੱਚ ਜਿੱਥੇ 48 ਪੁਆਇੰਟ ਸੀਗੇ 19 ਦੇ ਵਿੱਚ 69 ਹੋ ਗਏ। ਓਵਰਆਲ ਪੰਜਾਬ ਨੂੰ ਝਟਕਾ ਲੱਗਿਆ ਕਿਉਂਕਿ 18 ਦੇ ਵਿੱਚ ਪੰਜਾਬ 10ਵੇਂ ਨੰਬਰ ਦੇ ਉੱਤੇ ਸੀਗਾ ਜਿਹੜਾ ਕਿ ਹੁਣ ਖਿਸ ਕੇ 12ਵੀਂ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਗਿਆ। 16 ਮਾਪਦੰਡ ਦੇ ਉੱਤੇ ਹੋਈ ਜਿਹੜੀ ਇਹ ਗਿਣਤੀ ਮਿਣਤੀ ਆ ਜਿਹਦੇ 'ਚ ਪੰਜਾਬ 4 ਖੇਤਰਾਂ ਦੇ ਵਿੱਚ ਹੇਠਾਂ ਗਿਆ। 8 ਖੇਤਰਾਂ ਦੇ ਵਿੱਚ ਉਹਨੇ ਜਿਹੜੀ ਹੈ ਜੀ ਉਹ ਵੱਧ ਹਾਸਲ ਕੀਤੀ ਹੈ। ਬੇਸ਼ੱਕ ਜਿਹੜਾ ਵੀ ਸਿਆਸਤਦਾਨ ਕਦੀ ਮੰਨਦੇ ਨਹੀਂ ਹੁੰਦੇ ਤੋ ਜਿਹੜੇ ਅੰਕੜੇ ਨੇ ਉਹਦੇ ਉੱਤੇ ਮੁੱਖ ਮੰਤਰੀ ਕਹਿੰਦੇ ਨੇ ਸਾਡੇ ਟਾਈਮ ਦੇ ਅੰਕੜੇ ਨੇਗੇ। ਇਹ ਅੰਕੜੇ ਜਿਹੜੇ ਜੀ ਉਹ ਅਕਾਲੀ ਸਰਕਾਰ ਦੇ ਸਮੇਂ ਦੇ ਹੈ ਜਦੋਂ ਕਿ ਇਹ ਅੰਕੜੇ ਜਿਹੜਾ ਜੀ 18 ਦੇ ਵਿੱਚ ਹੋਈ ਜਿਹੜੀ ਇਹ ਰਿਪੋਰਟ ਹੈ ਉਹਦੇ ਨੇ ਔਰ 17 ਦੇ ਵਿੱਚ ਜਿਹੜੀ ਹੈ ਜੀ ਉਹ ਸਰਕਾਰ ਕਾਂਗਰਸ ਦੀ ਆਈ ਸੀਗੀ। ਇਹ ਅੰਕੜੇ ਤਾਂ ਹੈਗੇ ਜਿਹੜੇ ਜੀ ਉਹ ਮੌਜੂਦਾ ਸਰਕਾਰ ਦੇ ਹੀ ਨੇ ਮੰਨੇ ਜਾਂ ਜਿਹੜਾ ਜੀ ਉਹ ਨਾ ਮੰਨੇ ਇਹ ਉਹਦੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨਾ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨਾ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।